ਠੇਕਾ ਲਿਆ ਰੱਖਿਆ ਤੁਸੀਂ ਭਾਰਤ ਦੀ ਰਾਜਨੀਤੀ ਦਾ। ਹਾਂ ਸਮਗਲਰਾਂ ਮੁੱਖ ਮੰਤਰੀ ਕਹਿੰਦੇ ਅਸੀਂ ਕਿਹਾ ਜਾ ਮਟੀਰੀਅਲ ਆ ਗਿਆ, ਚੁੱਪ ਕਰ ਜਾਓ। ਹਾਂ ਮੁੱਖ ਮੰਤਰੀ ਸਾਹਿਬ, ਹਾਂ ਬੰਦੇ ਦੇ ਪੁੱਤਰਾਂ ਦੀ ਤੁਸੀਂ ਗੱਲ ਕਰੋ। ਹਾਂ ਮਾਇੰਡ ਯੋਰ ਲੈਂਗੁਏਜ, ਮਾਇੰਡ ਯੋਰ ਲੈਂਗੁਏਜ, ਪ੍ਰਧਾਨ ਹੈ ਜਦੋਂ ਮੈਂ ਇੱਥੇ। ਹਾਂ ਹੰਕਾਰ ਹੈ ਸਰ, ਮੈਨੂੰ ਹੰਕਾਰ ਕਹਿੰਦੇ ਨੇ, ਮੈਂ ਇੱਥੇ, ਇੱਥੇ ਕੋਈ ਨੀ ਰਿਹਾ। ਹਾਂ ਗੱਲਾਂ ਕਰਦੇ ਹੋ, ਗੱਲਾਂ ਵੀ ਜਾਣ ਤੱਕ ਜਾਣਗੀਆਂ, ਫਿਰ ਗੱਲਾਂ ਸੋਨੇ ਦੇ ਬਿਸਕੁਟ ਸਮਗਲਿੰਗ ਤੱਕ ਜਾਣਗੀਆਂ। ਫਿਰ ਜਮੀਰ ਬਾਈ ਸਾਹਿਬ, ਸਾਡੇ ਮੋਬਾਈਲ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਆ, ਮੋਬਾਈਲ ਰਿਪੇਅਰ ਕਰਨ ਵਾਲੇ ਆ ਗਏ। ਮੈਂ 150 ਰੁਪਇਆ ਲੈ ਕੇ ਮੁਹੰਮਦ ਸਦੀਕ ਨਾਲ ਦਿਹਾੜੀ ਤੇ ਜਾਂਦਾ ਸੀ, ਪਤਾ ਲੱਗੂ ਮਿਸਟਰ ਬਾਜਵਾ। ਓ ਮਿਸਟਰ ਬਾਜਵਾ, ਹੈਲੋ ਮੁਖਾ ਕਰ ਇੱਧਰ, ਪੌਣੇ ਦੋ ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹੇ ਹਾਂ। ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ, 2:45 ਤੁਸੀਂ ਕਿੱਥੇ ਸੀ? ਤੁਸੀਂ ਰੈਸਟ ਕਿਉਂ ਨਹੀਂ ਕੀਤਾ? ਤੁਸੀਂ ਸਵੇਰੇ 11 ਵਜੇ ਉੱਠੇ। ਐਡਰੈਸ ਕੀਤਾ ਜਾਵੇ, ਤੁਹਾਨੂੰ ਕੀ ਪਤਾ ਗਰੀਬ ਕੀ ਹੁੰਦਾ, ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ। ਐਡਰੈਸ ਕੀਤਾ ਜਾਵੇ, ਅੱਜ ਫੁੱਟ ਭੁਆਣ ਵਾਲਾ ਇਹ ਬੰਦਾ ਫਰੈਂਡ, ਅੱਜ ਕਿਸਾਨ ਯਾਦ ਆ ਗਏ। ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਲਾਉਂਦੇ ਸੀ ਮਟਨ ਨੂੰ, ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨੀ ਕੋਈ? 726 ਮਰਵਾ ਲੇ, 726 ਮਾਰੇ, ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ, ਲੈ ਕਿਉਂ ਨੀ ਦਿੱਤੀ? ਗੱਲੇ ਗੱਲ ਮੈਨੂੰ ਵੀ ਸ਼ੌਕ ਹੈ ਨੀ, ਮੈਂ 17.5 ਸਾਲ ਦਾ ਮਸ਼ਹੂਰ ਹੋ ਗਿਆ ਸੀ, ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨੀ। ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦਿਓ, ਨਹੀਂ ਬਣਾ ਸਕਦੇ ਤੁਸੀਂ। ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ, ਤੁਸੀਂ ਮੈਨੂੰ ਕਹਿਣਾ ਮੈਂ 150 ਰੁਪਇਆ ਲੈਂਦਾ ਸੀ ਮੁਹੰਮਦ ਸਦੀਕ ਤੋਂ, ਮੈਂ ਲੈਂਦਾ ਸੀ, ਮੈਂ ਕਲਾ ਕਰਕੇ ਮਸ਼ਹੂਰ ਹੋਇਆ। ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦਿਓ, ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ। ਇਹ ਪੈਸੇ ਦੀ ਖੇਡ ਨਹੀਂ ਹੁੰਦੀ, ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ, ਇਹ ਜਿਹੜੀ ਆਰਟ ਹੈ ਨਾ ਕਲਾ, ਇਹ ਬਹੁਤ ਵੱਡੀ ਗੱਲ ਹੈ। ਹਾਂ ਹਾਂ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਇਆ ਦਿਹਾੜੀ ਲੈਂਦਾ ਸੀ, ਇਹ ਜਬੜੀਆਂ ਮਾਰਦਾ ਸੀ, ਤੇ ਤੁਸੀਂ ਉਹੀ ਤੁਹਾਡਾ MP ਆ ਉਹ ਬੋਲੋ ਤੇ ਉਹੀ ਗੋਲੀਆਂ ਤਾਂ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ, 1.5 ਸਾਲ ਉਦੋਂ ਵੀ ਚੱਲੀਆਂ ਸੀ, ਤੇ ਉਦੋਂ ਤੁਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ? ਤੜਕਾ ਲਾਉਂਦੇ ਸੀ ਕੈਪਟਨ ਦੇ ਘਰੇ ਜਾ ਕੇ, ਮੀਟ ਨੂੰ ਤੜਕਾ ਲਾਉਂਦੇ ਸੀ, ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ? ਕਦੇ ਉਦੋਂ 1.5 ਸਾਲ 726 ਮਰਵਾ ਤੇ, ਕਦੇ ਸ਼ਰਧਾਂਜਲੀ ਦਵਾਈ, ਕਦੇ ਸ਼ਰਧਾਂਜਲੀ ਦਵਾਈ 726 ਨੂੰ? ਹੁਣ ਇਹਨਾਂ ਨੂੰ ਪਿਆਰ ਆ ਗਿਆ, ਹੁਣ ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰਨਗੇ। ਬੈਠੋ ਜੀ, ਬੈਠੋ ਜਿੰਦਾ ਰਹੋ ਸਰ, ਮਾਰਸ਼ਲ ਇਹ ਭੱਜਣਗੇ ਤੁਸੀਂ ਭੱਜੋ, ਬੈਠੋ ਬੈਠੋ।